ਮੈਂ SHO ਇੰਸਪੈਕਟਰ ਸ਼ੇਰਵਿੰਦਰ ਸਿੰਘ ਸਦਰ ਬਰਨਾਲਾ। ਕੱਲ੍ਹ 8 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਵੀ ਇੱਕ ਹੰਡਿਆਇਆ ਰੋਡ ਤੋਂ ਲੜਕੀ ਤੋਂ ਮੋਬਾਈਲ ਖੋਹ ਕੇ ਲੈ ਗਏ ਨੇ, ਜਿਸ 'ਤੇ ਤੁਰੰਤ ਐਕਸ਼ਨ ਕਰਦੇ ਹੋਏ ਮੈਂ ਖੁਦ ਸਾਡਾ ਚੌਂਕੀ ਨੀਚ ਹੰਡਿਆਇਆ AC ਤਰਚੇਮ ਸਿੰਘ ਸਮੇਤ ਟੀਮ ਦੇ ਪਹੁੰਚੇ, ਜਿੱਥੇ ਸਾਨੂੰ ਮਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਅਲਾਲ ਮਿਲੀ, ਜਿਸ ਨੇ ਦੱਸਿਆ ਕਿ ਉਹ ਹੰਡਿਆਇਆ ਵਿਖੇ ਕੰਮ ਕਰਦੀ ਹੈ। ਫੋਨ 'ਤੇ ਰਸਤੇ 'ਤੇ ਜਾ ਰਹੀ ਸੀ ਕੰਮ 'ਤੇ, ਤਾਂ ਇੱਕ ਮੋਟਰਸਾਈਕਲ 'ਤੇ ਤਿੰਨ ਸਵਾਰ ਆਏ, ਉਹਦਾ ਫੋਨ ਖੋਹ ਕੇ ਲੈ ਗਏ, ਜਿਸ 'ਤੇ ਤੁਰੰਤ ਅਸੀਂ ਆਪਣੀ ਟੀਮ 'ਚ ਲਾ ਕੇ CCTV ਕੈਮਰੇ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਅਸੀਂ ਕਵਰ ਕੀਤਾ, ਅਤੇ ਅਸੀਂ ਇਹ ਪਤਾ ਕੀਤਾ ਅਸੀਂ 3 ਘੰਟਿਆਂ 'ਚ ਹੀ ਦੋਸ਼ੀ ਟਰੇਸ ਕਰਕੇ ਗੁਰਪ੍ਰੀਤ ਸਿੰਘ, ਹੈਪੀ ਸਿੰਘ ਅਤੇ ਅਰਸ਼ਦੀਪ ਸਿੰਘ ਤਿੰਨੇ ਹੰਡਿਆਏ ਦੇ ਰਹਿਣ ਵਾਲੇ, ਜਿਨ੍ਹਾਂ ਨੇ ਮੋਬਾਈਲ ਖੋਹ ਕੀਤਾ ਸੀ, ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਖੋਹ ਕੀਤਾ ਮੋਬਾਈਲ, ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ। ਇਹਨਾਂ 'ਚੋਂ ਜੋ ਗੁਰਪ੍ਰੀਤ ਸਿੰਘ ਹੈ ਅਤੇ ਪਹਿਲਾਂ ਵੀ ਚੋਰੀ ਦੇ 2-3 ਮੁਕੱਦਮੇ ਦਰਜ ਹੈ, ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ। ਇਹਨਾਂ ਤੋਂ ਹੋਰ ਵੀ ਚੋਰੀਆਂ ਟਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਅਤੇ ਸਾਡਾ ਸੁਨੇਹਾ ਵੀ ਪੁਲਿਸ ਦਾ, ਬਰਨਾਲਾ ਪੁਲਿਸ ਦਾ ਸੁਨੇਹਾ ਹੈ ਮਾੜੇ ਅੰਸਰਾਂ ਨਾਲ, ਵੀ ਇੱਥੋਂ ਜੇ ਤੁਸੀਂ ਕਰੋਗੇ ਤਾਂ ਅਸੀਂ ਫੜੇ ਜ਼ਰੂਰ ਜਾਊਂਗੇ। ਪਹਿਲਾਂ ਇਹ ਚੋਰੀ ਦੇ ਪਰਚੇ ਨੇ ਕਿ ਜਿਵੇਂ ਕਿਸੇ ਘਰੇ ਵੜ ਕੇ ਲੋਹਾ ਚੱਕ ਲਿਆ, ਇੱਕ ਸਟੈਂਡਰਡ ਫੈਕਟਰੀ ਚੱਕ ਲਏ, 2-3 ਪਰਚੇ ਨੇ, ਬਾਕੀ ਅਸੀਂ ਹੁਣ ਪੜਤਾਲ ਕਰ ਰਹੇ ਹਾਂ ਇਹਦੀ, ਹੋਰ ਐਨ ਪੁੱਛਗਿੱਛ ਕਰਕੇ ਤੋਂ ਜੇ ਕੋਈ ਉਹਨਾਂ ਨੇ ਕੀਤੀ ਤਾਂ ਟਰੇਸ ਕਰਕੇ ਉਹਨਾਂ ਨੂੰ ਬਰਾਮਦ ਕਰਵਾਉਂਗੇ। ਨਹੀਂ, ਮੋਬਾਈਲ ਅਸੀਂ ਇਹਦੇ ਮੌਕੇ 'ਤੇ ਰਿਕਵਰ ਕਰ ਲਿਆ, ਇਹਨਾਂ ਤੋਂ ਵੇਚਣ ਤੋਂ ਪਹਿਲੇ ਇਹਨਾਂ ਕੋਲ ਹੀ ਸੀ, ਇਹਦੇ ਵੇਚਣ ਦੀ ਤਾਕਤ ਸੀ, ਅਸੀਂ ਰਿਕਵਰ ਕਰ ਲਿਆ, ਮੋਟਰਸਾਈਕਲ ਵੀ ਰਿਕਵਰ ਕਰ ਲਿਆ, ਅਤੇ 3 ਦੋਸ਼ੀਆਂ ਅਰੈਸਟ ਕਰਤੀ ਅਸੀਂ ਪਾਤੀ ਹੈ ਇਸ ਮੁਕੱਦਮੇ 'ਚ। ਮੈਂ SHO ਇੰਸਪੈਕਟਰ ਸ਼ੇਰਵਿੰਦਰ ਸਿੰਘ ਸਦਰ ਬਰਨਾਲਾ। ਕੱਲ੍ਹ 8 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਵੀ ਇੱਕ ਹੰਡਿਆਇਆ ਰੋਡ ਤੋਂ ਲੜਕੀ ਤੋਂ ਮੋਬਾਈਲ ਖੋਹ ਕੇ ਲੈ ਗਏ ਨੇ, ਜਿਸ 'ਤੇ ਤੁਰੰਤ ਐਕਸ਼ਨ ਕਰਦੇ ਹੋਏ ਮੈਂ ਖੁਦ ਸਾਡਾ ਚੌਂਕੀ ਨੀਚ ਹੰਡਿਆਇਆ AC ਤਰਚੇਮ ਸਿੰਘ ਸਮੇਤ ਟੀਮ ਦੇ ਪਹੁੰਚੇ, ਜਿੱਥੇ ਸਾਨੂੰ ਮਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਅਲਾਲ ਮਿਲੀ, ਜਿਸ ਨੇ ਦੱਸਿਆ ਕਿ ਉਹ ਹੰਡਿਆਇਆ ਵਿਖੇ ਕੰਮ ਕਰਦੀ ਹੈ। ਫੋਨ 'ਤੇ ਰਸਤੇ 'ਤੇ ਜਾ ਰਹੀ ਸੀ ਕੰਮ 'ਤੇ, ਤਾਂ ਇੱਕ ਮੋਟਰਸਾਈਕਲ 'ਤੇ ਤਿੰਨ ਸਵਾਰ ਆਏ, ਉਹਦਾ ਫੋਨ ਖੋਹ ਕੇ ਲੈ ਗਏ, ਜਿਸ 'ਤੇ ਤੁਰੰਤ ਅਸੀਂ ਆਪਣੀ ਟੀਮ 'ਚ ਲਾ ਕੇ CCTV ਕੈਮਰੇ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਅਸੀਂ ਕਵਰ ਕੀਤਾ, ਅਤੇ ਅਸੀਂ ਇਹ ਪਤਾ ਕੀਤਾ ਅਸੀਂ 3 ਘੰਟਿਆਂ 'ਚ ਹੀ ਦੋਸ਼ੀ ਟਰੇਸ ਕਰਕੇ ਗੁਰਪ੍ਰੀਤ ਸਿੰਘ, ਹੈਪੀ ਸਿੰਘ ਅਤੇ ਅਰਸ਼ਦੀਪ ਸਿੰਘ ਤਿੰਨੇ ਹੰਡਿਆਏ ਦੇ ਰਹਿਣ ਵਾਲੇ, ਜਿਨ੍ਹਾਂ ਨੇ ਮੋਬਾਈਲ ਖੋਹ ਕੀਤਾ ਸੀ, ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਖੋਹ ਕੀਤਾ ਮੋਬਾਈਲ, ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ। ਇਹਨਾਂ 'ਚੋਂ ਜੋ ਗੁਰਪ੍ਰੀਤ ਸਿੰਘ ਹੈ ਅਤੇ ਪਹਿਲਾਂ ਵੀ ਚੋਰੀ ਦੇ 2-3 ਮੁਕੱਦਮੇ ਦਰਜ ਹੈ, ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ। ਇਹਨਾਂ ਤੋਂ ਹੋਰ ਵੀ ਚੋਰੀਆਂ ਟਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ, ਅਤੇ ਸਾਡਾ ਸੁਨੇਹਾ ਵੀ ਪੁਲਿਸ ਦਾ, ਬਰਨਾਲਾ ਪੁਲਿਸ ਦਾ ਸੁਨੇਹਾ ਹੈ ਮਾੜੇ ਅੰਸਰਾਂ ਨਾਲ, ਵੀ ਇੱਥੋਂ ਜੇ ਤੁਸੀਂ ਕਰੋਗੇ ਤਾਂ ਅਸੀਂ ਫੜੇ ਜ਼ਰੂਰ ਜਾਊਂਗੇ। ਪਹਿਲਾਂ ਇਹ ਚੋਰੀ ਦੇ ਪਰਚੇ ਨੇ ਕਿ ਜਿਵੇਂ ਕਿਸੇ ਘਰੇ ਵੜ ਕੇ ਲੋਹਾ ਚੱਕ ਲਿਆ, ਇੱਕ ਸਟੈਂਡਰਡ ਫੈਕਟਰੀ ਚੱਕ ਲਏ, 2-3 ਪਰਚੇ ਨੇ, ਬਾਕੀ ਅਸੀਂ ਹੁਣ ਪੜਤਾਲ ਕਰ ਰਹੇ ਹਾਂ ਇਹਦੀ, ਹੋਰ ਐਨ ਪੁੱਛਗਿੱਛ ਕਰਕੇ ਤੋਂ ਜੇ ਕੋਈ ਉਹਨਾਂ ਨੇ ਕੀਤੀ ਤਾਂ ਟਰੇਸ ਕਰਕੇ ਉਹਨਾਂ ਨੂੰ ਬਰਾਮਦ ਕਰਵਾਉਂਗੇ। ਨਹੀਂ, ਮੋਬਾਈਲ ਅਸੀਂ ਇਹਦੇ ਮੌਕੇ 'ਤੇ ਰਿਕਵਰ ਕਰ ਲਿਆ, ਇਹਨਾਂ ਤੋਂ ਵੇਚਣ ਤੋਂ ਪਹਿਲੇ ਇਹਨਾਂ ਕੋਲ ਹੀ ਸੀ, ਇਹਦੇ ਵੇਚਣ ਦੀ ਤਾਕਤ ਸੀ, ਅਸੀਂ ਰਿਕਵਰ ਕਰ ਲਿਆ, ਮੋਟਰਸਾਈਕਲ ਵੀ ਰਿਕਵਰ ਕਰ ਲਿਆ, ਅਤੇ 3 ਦੋਸ਼ੀਆਂ ਅਰੈਸਟ ਕਰਤੀ ਅਸੀਂ ਪਾਤੀ ਹੈ ਇਸ ਮੁਕੱਦਮੇ 'ਚ। ਮੈਂ SHO ਇੰਸਪੈਕਟਰ ਸ਼ੇਰਵਿੰਦਰ ਸਿੰਘ ਸਦਰ ਬਰਨਾਲਾ। ਕੱਲ੍ਹ 8 ਵਜੇ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਵੀ ਇੱਕ ਹੰਡਿਆਇਆ ਰੋਡ ਤੋਂ ਲੜਕੀ ਤੋਂ ਮੋਬਾਈਲ ਖੋਹ ਕੇ ਲੈ ਗਏ ਨੇ, ਜਿਸ 'ਤੇ ਤੁਰੰਤ ਐਕਸ਼ਨ ਕਰਦੇ ਹੋਏ ਮੈਂ ਖੁਦ ਸਾਡਾ ਚੌਂਕੀ ਨੀਚ ਹੰਡਿਆਇਆ AC ਤਰਚੇਮ ਸਿੰਘ ਸਮੇਤ ਟੀਮ ਦੇ ਪਹੁੰਚੇ, ਜਿੱਥੇ ਸਾਨੂੰ ਮਨਪ੍ਰੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਅਲਾਲ ਮਿਲੀ, ਜਿਸ ਨੇ ਦੱਸਿਆ ਕਿ ਉਹ ਹੰਡਿਆਇਆ ਵਿਖੇ ਕੰਮ ਕਰਦੀ ਹੈ। ਫੋਨ 'ਤੇ ਰਸਤੇ 'ਤੇ ਜਾ ਰਹੀ ਸੀ ਕੰਮ 'ਤੇ, ਤਾਂ ਇੱਕ ਮੋਟਰਸਾਈਕਲ 'ਤੇ ਤਿੰਨ ਸਵਾਰ ਆਏ, ਉਹਦਾ ਫੋਨ ਖੋਹ ਕੇ ਲੈ ਗਏ, ਜਿਸ 'ਤੇ ਤੁਰੰਤ ਅਸੀਂ ਆਪਣੀ ਟੀਮ 'ਚ ਲਾ ਕੇ CCTV ਕੈਮਰੇ ਅਤੇ ਹਿਊਮਨ ਇੰਟੈਲੀਜੈਂਸ ਰਾਹੀਂ ਅਸੀਂ ਕਵਰ ਕੀਤਾ, ਅਤੇ ਅਸੀਂ ਇਹ ਪਤਾ ਕੀਤਾ ਅਸੀਂ 3 ਘੰਟਿਆਂ 'ਚ ਹੀ ਦੋਸ਼ੀ ਟਰੇਸ ਕਰਕੇ ਗੁਰਪ੍ਰੀਤ ਸਿੰਘ, ਹੈਪੀ ਸਿੰਘ
ਅਤੇ ਅਰਸ਼ਦੀਪ ਸਿੰਘ, ਤਿੰਨੇ ਹੰਡਿਆਏ ਦੇ ਰਹਿਣ ਵਾਲੇ ਜਿਨ੍ਹਾਂ ਨੇ ਮੋਬਾਈਲ ਖੋਹ ਕੀਤਾ ਸੀ। ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਖੋਹ ਕੀਤਾ ਮੋਬਾਈਲ ਅਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ। ਇਹਨਾਂ 'ਚੋਂ ਜੋ ਗੁਰਪ੍ਰੀਤ ਸਿੰਘ ਹੈ ਅਤੇ ਪਹਿਲਾਂ ਵੀ ਚੋਰੀ ਦੇ ਦੋ ਤਿੰਨ ਮੁਕੱਦਮੇ ਦਰਜ ਹੈ। ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ। ਇਹਨਾਂ ਤੋਂ ਹੋਰ ਵੀ ਚੋਰੀਆਂ ਟਰੇਸ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਅਤੇ ਸਾਡਾ ਸੁਨੇਹਾ ਵੀ ਪੁਲਿਸ ਦਾ, ਬਰਨਾਲਾ ਪੁਲਿਸ ਦਾ ਸੁਨੇਹਾ ਹੈ ਮਾੜੇ ਅੰਸਰਾਂ ਨਾਲ ਵੀ, ਇੱਥੋਂ ਜੇ ਤੁਸੀਂ ਕਰੋਗੇ ਤਾਂ ਅਸੀਂ ਫੜੇ ਜ਼ਰੂਰ ਜਾਊਂਗੇ। ਪਹਿਲਾਂ ਇਹ ਚੋਰੀ ਦੇ ਪਰਚੇ ਨੇ ਕਿ ਜਿਵੇਂ ਕਿਸੇ ਘਰੇ ਵੜ ਕੇ ਲੋਹਾ ਚੱਕ ਲਿਆ, ਇੱਕ ਸਟੈਂਡਰਡ ਫੈਕਟਰੀ ਚੱਕ ਲਏ, ਦੋ ਤਿੰਨ ਪਰਚੇ ਨੇ। ਬਾਕੀ ਅਸੀਂ ਹੁਣ ਪੜਤਾਲ ਕਰ ਰਹੇ ਹਾਂ ਜੀ, ਹੋਰ ਐਨ ਪੁੱਛਗਿੱਛ ਕਰਕੇ, ਤੋਂ ਜੇ ਕੋਈ ਉਹਨਾਂ ਨੇ ਕੀਤੀ ਤਾਂ ਟਰੇਸ ਕਰਕੇ ਉਹਨਾਂ ਨੂੰ ਬਰਾਮਦ ਕਰਵਾਉਂਗੇ। ਮੋਬਾਈਲ ਅਸੀਂ ਇਹਦੇ ਮੌਕੇ 'ਤੇ ਰਿਕਵਰ ਕਰ ਲਿਆ, ਇਹਨਾਂ ਤੋਂ ਵੇਚਣ ਤੋਂ ਪਹਿਲੇ ਇਹਨਾਂ ਕੋਲ ਹੀ ਸੀ, ਹਲੇ ਵੇਚਣ ਦੀ ਤਾਕ ਸੀ, ਅਸੀਂ ਰਿਕਵਰ ਕਰ ਲਿਆ। ਮੋਟਰਸਾਈਕਲ ਵੀ ਰਿਕਵਰ ਕਰ ਲਿਆ ਅਤੇ ਤਿੰਨੇ ਦੋਸ਼ੀਆਂ ਅਰੈਸਟ ਕਰਤੀ ਅਸੀਂ ਪਾਤੀ ਹੈ ਇਸ ਮੁਕੱਦਮੇ 'ਚ।